ਬਹੁਤ ਹੀ ਇਮਾਨਦਾਰ ਅਤੇ ਸੱਚੀ ਸੁੱਚੀ ਸ਼ਖਸੀਅਤ ਦੇ ਮਾਲਕ ਸੁਰਿੰਦਰ ਕੁਮਾਰ ਰਤੜਾ ਹੁਣਾਂ ਨੇ ਆਪਣਾ ਸਾਰਾ ਜੀਵਨ ਸੱਚਾਈ ਦੇ ਰਸਤੇ ਤੇ ਚਲਦਿਆਂ ਬਿਤਾਇਆ। ਆਪ ਜੀ ਬਹੁਤ ਹੀ ਚੰਗੇ ਸੰਸਕਾਰਾਂ ਦੇ ਧਾਰਨੀ ਅਤੇ ਸਹਿਣਸ਼ੀਲ ਇਨਸਾਨ ਸਨ। ਪਰਮਾਤਮਾ ਦੇ ਘਰ ਪ੍ਰਤੀ ਸੱਚੇ ਸ਼ਰਧਾਵਾਨ ਸਨ ਅਤੇ ਹਰ ਇੱਕ ਗਰੀਬ ਅਤੇ ਦੀਨ ਦੁਖੀਏ ਦੀ ਮਦਦ ਕਰਨਾ ਆਪ ਜੀ ਦਾ ਸੁਭਾਅ ਸੀ। ਆਪ ਜੀ ਦੇ ਕਿਰਤ ਅਤੇ ਚੰਗੇ ਸੰਸਕਾਰਾਂ ਦਾ ਲਾਇਆ ਬੂਟਾ ਅੱਜ ਆਪ ਜੀ ਦੇ ਪਰਿਵਾਰ ਵਿੱਚ ਪ੍ਰਫੁੱਲਿਤ ਹੋ ਰਿਹਾ ਹੈ। ਸ਼੍ਰੀ ਸੁਰਿੰਦਰ ਕੁਮਾਰ ਰਤੜਾ ਹੁਣਾਂ ਦੀ ਯਾਦ ਵਿੱਚ ਇੱਕ ਧਾਰਮਿਕ ਸਮਾਗਮ ਉਹਨਾਂ ਦੇ ਸਮੂਹ ਪਰਿਵਾਰ ਵੱਲੋਂ ਰੋਟਰੀ ਕਲੱਬ ਸਰਾਭਾ ਨਗਰ ਲੁਧਿਆਣਾ ਵਿਖੇ ਕਰਵਾਇਆ ਗਿਆ, ਜਿਸ ਵਿੱਚ ਪੰਡਿਤ ਜੀ ਵੱਲੋਂ ਜੀਵਨ ਅਤੇ ਮੌਤ ਦੀਆਂ ਸੱਚਾਈਆਂ ਬਾਰੇ ਚਾਨਣਾ ਪਾਉਂਦੇ ਹੋਏ ਸਭਨਾਂ ਸੰਗਤਾਂ ਨੂੰ ਉਸ ਪਰਮ ਪਿਤਾ ਪਰਮਾਤਮਾ ਦੇ ਮਾਰਗ ਤੇ ਚੱਲਣ ਦਾ ਸੰਦੇਸ਼ ਦਿੱਤਾ। Thank you.
Sundar Kumar ji, the Bible says, though loves men of Canada, ki ona bhi sab to badi shakti jehi si, kisi desh to gudukte na kadi time dende si, na samay dende si, na devta paisa dende si, paisa meri jebi nu kharch ho rahe ki agle ne kharch kar rahe, har vele dujja bhi sahayata ke tar par khade si. Sab to badi ona jehi khubi, apne liye ke har koi jinda, har koi apne liye jee raha hai, samaj nahi jeena. ਆਪਣੇ ਯਾਰਾਂ ਦੋਸਤਾਂ ਲਈ ਮਿੱਤਰਾਂ ਲਈ ਉਹਨਾਂ ਲਈ ਕੰਮ ਹੋਣਾ ਇੱਕ ਬਹੁਤ ਵੱਡੀ ਜਿੰਦਗੀ ਆ ਉਹ ਇਹਨਾਂ ਨੂੰ ਵਿਰਾਸਤ ਇਸ ਚੀਜ਼ ਮਿਲੀ ਹੈ ਸਾਡੇ ਬਹੁਤ ਪਰਮਦਰਨੀਏ ਸ਼੍ਰੀ ਬੂਟਾ ਰਾਮ ਜੀ ਉਹਨਾਂ ਨੂੰ ਵਿਰਾਸਤ ਇਹ ਦਿੱਤਾ ਹੈ ਸੋ ਸੁਰਜ ਕੁਮਾਰ ਜੀ ਆਪਣੇ ਜਿੰਨੇ ਵੀ ਉਹਨਾਂ ਨੂੰ ਪਰਮਾਤਮਾ ਨੇ ਉਮਰ ਬਖਸ਼ੀ ਉਹਦੇ ਜੋ ਉਹਨਾਂ ਨੇ ਉਹਨਾਂ ਨੂੰ ਪਾਇਆ ਬਚਪਨ ਤੋਂ ਅਸੀਂ ਸਾਰੇ ਇਕੱਠੇ ਹਰ ਇਕੱਠੇ ਦੇ ਇਕੱਠੇ ਜੰਮੇ ਪਲੇ ਸਾਰੇ ਇਕੱਠੇ ਹੋਏ ਬਾਊ ਜੀ ਦੇ ਆਸ਼ੀਰਵਾਦ ਦੇ ਨਾਲ ਇਕੱਠੇ ਪੜੇ ਇਕੱਠੇ ਕਾਰੋਬਾਰ ਸ਼ੁਰੂ ਕੀਤੇ ਸਾਰਿਆਂ ਨੇ ਬਹੁਤ ਹੀ ਪਿਆਰ ਤੇ ਸਤਿਕਾਰ ਸਾਰਿਆਂ ਦੇ ਨਾਲ ਸਾਰੇ ਸਾਡੇ ਮੁਹੱਲੇ ਦਾ ਜਿੱਦਾਂ ਪਤਾ ਲੱਗਾ ਸਭ ਸੁਣਨਾ ਹੀ ਹੋਗਾ ਕੰਮ ਵੀ ਬਾਊ ਜੀ ਦਾ ਬੜਾ ਬੇਟਾ ਚਲਾ ਗਿਆ ਸਿੰਦਰ ਕੁਮਾਰ ਤੇ ਸਾਰਿਆਂ ਨੂੰ ਬਹੁਤ ਦੁੱਖ ਲੱਗਾ ਉਹ ਸਿੰਦਰ ਕੁਮਾਰ ਦਾ ਸਾਰਿਆਂ ਦੇ ਨਾਲ ਬਹੁਤ ਪਿਆਰ ਸਤਿਕਾਰ ਸੀਗਾ ਸਾਰੇ ਨਾਲ ਮਿੱਠਾ ਬੋਲਣਾ ਪਿਆਰ ਨਾਲ ਬੋਲਣਾ ਕੋਈ ਦੇ ਦੁੱਖ ਸੁੱਖ ਦੇ ਸਭ ਦੇ ਕਰਮਾਣਾ ਜਿੱਦਾਂ ਮੇਰੇ ਤੋਂ ਪਹਿਲਾਂ ਵੀਰ ਜੀ ਨੇ ਦੱਸਿਆ ਵੀ ਸੰਸਥਾ ਦੇ ਨਾਲ ਆਪਣੇ ਐਸੋਸੀਏਸ਼ਨ ਨਾਲ ਵੀ ਪਿਆਰ ਕਰਦੇ ਸਨ ਪਰ ਉਹਨਾਂ ਨਾਲ ਵੈਸੇ ਵੀ ਸਾਰਿਆਂ ਦੇ ਨਾਲ ਇਹ ਸਾਰਾ ਅਚੀਵਰ ਬਾਊ ਜੀ ਦਾ ਕਿਉਂਕਿ ਬਾਊ ਜੀ ਨੇ ਵੀ ਸਾਰਿਆਂ ਦੇ ਨਾਲ ਪਿਆਰ ਸਤਿਕਾਰ ਬਣਾਇਆ ਹੈ ਆਪਣੇ ਪਿੱਛੇ ਨੂੰ ਚੰਗੀ ਸ਼ਿਕਸ਼ਾ ਦਿੱਤੀ ਹੋਈ ਹੈ ਔਰ ਸ਼ਹਿਰ ਦੇ ਵਿੱਚ ਸਮਾਜ ਦੇ ਵਿੱਚ ਆਪਣਾ ਵਪਾਰ ਦੇ ਵਿੱਚ ਆਪਣਾ ਨਾਮ ਆਪਣਾ ਪਿਆਰ ਸਤਿਕਾਰ ਸਾਰਾ ਬਣਾਇਆ ਹੈ ਬਹੁਤ ਭਾਰਾ ਦੁੱਖ ਹੈ ਪਰਿਵਾਰ ਨੂੰ ਮਾਂ ਬਾਪ ਦੇ ਬੈਠੇ ਆ ਬੱਚੇ ਦਾ ਚਲਾ ਜਾਣਾ ਪਰਿਵਾਰ ਦਾ ਦੁੱਖ ਸ਼ਬਦਾਂ ਚ ਬਿਆਨ ਹੋ ਨਹੀਂ ਸਕਦਾ ਸਾਡੇ ਭੈਣ ਜੀ ਦਾ ਦੁੱਖ ਬੱਚਿਆਂ ਦਾ ਦੁੱਖ ਬਿਆਨ ਬਹੁਤ ਵੱਡਾ ਦੁੱਖ ਉਹ ਭਾਈਆਂ ਨੂੰ ਵੀ ਰਹਿੰਦਾ ਕਈ ਵਾਰੀ ਸਾਡੇ ਵਰਗੇ ਲੋਕ ਕੁਦਰਤ ਨੂੰ ਲਾਂਭਾ ਦਿੰਦੇ ਹੈ ਭਾਈ ਨੇ ਲੇਕਿਨ ਭਾਈ ਦਾ ਹੋਣਾ ਉਹ ਕੁਦਰਤ ਪਾਸੋਂ ਕਿਤਨੀ ਸਰਲਤਾ ਨਾਲ ਹੋ ਕੇ ਲੈ ਜਾਣਾ ਮੈਂ ਸ਼੍ਰੀ ਬੂਟਾ ਰਾਮ ਜੀ ਦੇ ਪਰਿਵਾਰ ਨਾਲ ਤਕਰੀਬਨ 1970 ਨਾਲ ਜੁੜਿਆ ਹੋਇਆ ਹਾਂ ਕਿਉਂਕਿ ਵਪਾਰ ਸੰਬੰਧੀ ਮੈਂ ਵੀ ਸਰਵਿਸ ਕਰ ਰਿਹਾ ਸੀ ਤੇ ਇਸ ਪਰਿਵਾਰ ਦੇ ਨਾਲ ਮੇਰਾ ਜੁੜਨਾ ਬਹੁਤ ਅਸੰਭਵ ਸੀ ਇਸ ਪਿਆਰ ਇਸ ਪਰਿਵਾਰ ਦੀ ਖੁਸ਼ਬੂ ਅੱਜ ਦਾ ਕੱਟ ਇਹ ਦੱਸਦੀ ਹੈ ਕਿ ਇਸ ਪਰਿਵਾਰ ਦੀ ਕਿੰਨੀ ਖੁਸ਼ਬੂ ਸੀ ਕਿੰਨੀ ਖੁਸ਼ਬੂ ਹੈ ਜਿਸ ਬੱਚੇ ਨੇ ਆਪਣੇ ਪਿਤਾ ਨੂੰ ਮਾਤਾ ਨੂੰ ਕੰਧਾ ਦੇਣਾ ਸੀ ਅੱਜ ਉਸ ਪਿਤਾ ਨੂੰ ਉਸ ਪਿਤਾ ਨੇ ਆਪਣੇ ਬੇਟੇ ਨੂੰ ਕੰਧਾ ਦਿੱਤਾ ਬਾਰੇ ਔਰ ਪਰਿਵਾਰ ਬਾਰੇ ਦੱਸਿਆ ਕਿਸੇ ਵੀ ਪਰਿਵਾਰ ਦੇ ਮੁਖੀ ਦਾ ਚਲੀ ਜਾਣਾ ਪਰਿਵਾਰ ਦੇ ਵਿੱਚ ਬਹੁਤ ਵੱਡਾ ਜਿਹੜਾ ਹੈ ਖਲਾਅ ਪੈਦਾ ਹੋ ਜਾਂਦਾ ਔਰ ਜਦੋਂ ਅਨਐਕਸਪੈਕਟਡ ਕੋਈ ਚਲਾ ਜਾਵੇ ਤੁਹਾਡੇ ਚਿਤ ਚੇਤੇ ਨਾ ਹੋਵੇ ਉਦੋਂ ਦੁੱਖ ਜਿਹੜਾ ਹੈ ਉਹ ਹੋਰ ਜ਼ਿਆਦਾ ਵੱਧ ਜਾਂਦਾ ਸੋ ਅੱਜ ਤੁਸੀਂ ਸਾਰੇ ਇਸ ਰਥਰਾ ਪਰਿਵਾਰ ਦੇ ਨਾਲ ਆਪਣਾ ਦੁੱਖ ਸਾਂਝਾ ਕਰਨ ਲਈ ਦੁੱਖ ਵੰਡਾਉਣ ਲਈ ਇੱਥੇ ਇਕੱਤਰ ਹੋਏ ਹੋ ਤੁਹਾਡਾ ਸਾਰਿਆਂ ਦਾ ਇੱਕ ਇੱਕ ਕਦਮ ਜੋ ਇਸ ਦੁੱਖ ਦੀ ਘੜੀ ਵਿੱਚ ਤੁਸੀਂ ਪਰਿਵਾਰ ਨਾਲ ਸਾਂਝਾ ਕਰਨ ਲਈ ਆਏ ਹੋ ਕਿ ਪਰਿਵਾਰ ਤੁਹਾਡਾ ਜਿਹੜਾ ਰਿਣੀ ਹੈ ਤੁਹਾਡਾ ਦੇਣਦਾਰ ਹੈ ਕਿ ਤੁਸੀਂ ਦੁੱਖ ਦੀ ਘੜੀ ਦੇ ਵਿੱਚ ਇਹ ਦੁੱਖ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਹੈ